ਜਦੋਂ ਕੋਈ ਜਾਂਬਾਜ਼ ਸੈਨਿਕ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੀ ਸ਼ਹਾਦਤ ਅਤੀਤ ਦੇ ਪੰਨਿਆਂ 'ਚ ਅੰਕਿਤ ਹੋ ਜਾਂਦੀ ਹੈ। ਪਰ ਉਸਦੇ ਮਾਪੇ ਆਪਣੇ ਲਾਡਲੇ ਦੀ ਸ਼ਹਾਦਤ ਦੀ ਲੋਹ ਨੂੰ ਆਪਣੇ ਦਿਲ 'ਚ ਸੰਜੋ ਕੇ ਬਾਕੀ ਦੀ ਜ਼ਿੰਦਗੀ ਉਸ ਦੀ ਯਾਦ 'ਚ ਗੁਜ਼ਾਰ ਦਿੰਦੇ ਹਨ। ਅਜਿਹਾ ਹੀ ਇੱਕ ਪਰਿਵਾਰ ਹੈ ਪੁਲਵਾਮਾ 'ਚ ਸ਼ਹੀਦ ਹੋਏ ਸੈਨਿਕ ਕੁਲਵਿੰਦਰ ਸਿੰਘ ਦਾ, ਜਿਸ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਲਈ ਆਪਣੇ ਇਕਲੌਤੇ ਪੁੱਤਰ ਦੀ ਸ਼ਹਾਦਤ ਇੱਕ ਇਬਾਦਤ ਬਣ ਚੁੱਕੀ ਹੈ। ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਫਿਦਾਈਨ ਹਮਲੇ 'ਚ 14 ਫਰਵਰੀ 2019 ਨੂੰ ਸ਼ਹੀਦ ਹੋਏ ਪਿੰਡ ਰੌਲੀ ਦੇ ਸੈਨਿਕ ਕੁਲਵਿੰਦਰ ਸਿੰਘ ਦੀ ਸ਼ਹਾਦਤ ਦਾ ਚਿਰਾਗ ਅੱਜ ਵੀ ਲੋਕ ਮਨਾਂ 'ਚ ਰੋਸ਼ਨ ਹੈ। CRPF ਦੀ 92ਵੀਂ ਬਟਾਲੀਅਨ ਦਾ ਯੋਧਾ ਪਰ ਜਵਾਨੀ 'ਚ ਦੇਸ਼ ਲਈ ਜਾਨ ਵਾਰ ਕੇ ਜਿੱਥੇ ਸਦਾ ਲਈ ਅਮਰ ਹੋ ਗਿਆ, ਉੱਥੇ ਹੀ ਸੈਨਿਕ ਕੁਲਵਿੰਦਰ ਸਿੰਘ ਦਾ ਬਲੀਦਾਨ ਦੇਸ਼ ਵਾਸੀਆਂ 'ਚੋਂ ਕੁਰਬਾਨੀ ਦਾ ਜਜ਼ਬਾ ਪੈਦਾ ਕਰ ਗਿਆ। 24 ਦਸੰਬਰ 1992 ਨੂੰ ਪੈਦਾ ਹੋਏ ਸ਼ਹੀਦ ਕੁਲਵਿੰਦਰ ਸਿੰਘ ਨੇ 10ਵੀਂ ਦੀ ਪ੍ਰੀਖਿਆ 'ਚ ਸਮੁੱਚੇ ਪੰਜਾਬ 'ਚੋਂ ਦੂਜੀ ਪੋਜੀਸ਼ਨ ਹਾਸਲ ਕਰਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਸੀ। ਉਪਰੰਤ 12ਵੀਂ ਅਤੇ ITI ਤੱਕ ਪੜ੍ਹਾਈ ਕੀਤੀ। ਉਸ ਦਾ ਕ੍ਰਿਕਟ 'ਚੋਂ ਕਾਫ਼ੀ ਸ਼ੌਕ ਸੀ। ਆਪਣੀ ਉੱਚੀ ਕੱਦ ਕਾਠੀ ਕਾਰਨ ਹਰ ਕਿਸੇ ਨੂੰ ਭਾਉਂਦਾ ਸੀ। 1 ਦਸੰਬਰ 2014 ਨੂੰ 21 ਸਾਲ ਦੀ ਉਮਰ 'ਚ ਹੀ ਉਹ ਆਪਣੀ ਕਾਬਲੀਅਤ ਨਾਲ CRPF ਦੀ F 'ਚ ਭਰਤੀ ਹੋਇਆ ਸੀ। ਕਿਸਾਨ ਪਰਿਵਾਰ 'ਚ ਪੈਦਾ ਹੋਏ ਇਸ 6 ਫੁੱਟ ਉੱਚੇ ਗੱਭਰੂ 'ਚੋਂ ਬਚਪਨ ਤੋਂ ਹੀ ਦੇਸ਼ ਲਈ ਕੁਝ ਕਰਨ ਦਾ ਜਨੂਨ ਸਵਾਰ ਸੀ। ਸ਼ਹੀਦ ਕੁਲਵਿੰਦਰ ਸਿੰਘ ਨੂੰ 5 ਸਾਲ ਤੋਂ ਵੀ ਘੱਟ ਸਮੇਂ ਲਈ ਦੇਸ਼ ਲਈ ਸੇਵਾ ਕਰ ਸਕਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ 14 ਫਰਵਰੀ 2019 ਨੂੰ 26 ਸਾਲ ਦੀ ਉਮਰ 'ਚ ਹੀ ਸ਼ਹਾਦਤ ਦਾ ਜਾਮ ਪੀ ਲਿਆ। ਉਸਦੇ ਦਾਦਾ ਕਰਨੈਲ ਸਿੰਘ ਸੀਵੀਆਂ, ਪਿਤਾ ਸਰਦਾਰ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੂੰ ਜਿੱਥੇ ਆਪਣੇ ਲਾਡਲੇ ਪੁੱਤਰ ਦੀ ਸ਼ਹਾਦਤ 'ਤੇ ਮਾਣ ਹੈ, ਉੱਥੇ ਹੀ ਸਮੁੱਚੇ ਪਿੰਡ ਵਾਸੀ ਵੀ ਸੈਨਿਕ ਕੁਲਵਿੰਦਰ ਸਿੰਘ ਦੇ ਬਲੀਦਾਨ ਨੂੰ ਆਪਣੇ ਲਈ ਪ੍ਰੇਰਣਾ ਦੱਸ ਕੇ ਫਖਰ ਮਹਿਸੂਸ ਕਰ ਰਹੇ ਹਨ। ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਹੁਕਮਨਾਮਾ ਸਾਹਿਬ ਲਿਆ ਗਿਆ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ। ਸਤਿਕਾਰਯੋਗ ਸਤਸੰਗ ਜੀਓ, ਕਿਉਂਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਜੀ ਸਾਡੇ ਦਰਮਿਆਨ ਪਹੁੰਚੇ ਹਨ ਤੇ ਉਹਨਾਂ ਵੱਲੋਂ ਉਸ ਮਹਾਨ ਸ਼ਹੀਦ ਨੂੰ ਯਾਦ ਕਰਦਾ ਹੋਇਆ ਪੰਜਾਬ ਸਰਕਾਰ ਵੱਲੋਂ ਕੁਝ ਐਲਾਨ ਕੀਤੇ ਗਏ ਹਨ, ਉਹਦੇ ਲਈ ਮੈਂ ਬਹੁਤਾ ਸਮਾਂ ਨਾ ਲਵਾਂ। ਮਾਨਯੋਗ ਡਿਪਟੀ ਕਮਿਸ਼ਨਰ ਸਰਾਲੀਗਿਰੀ ਜੀ ਆਪ ਹੀ ਦੱਸਣ। ਜੋ ਛੋਟੀ ਬਹੁਤ ਚੀਜ਼ਾਂ ਜੋ ਮੈਂ ਮੰਗਦਾ ਸੀ ਕਿ ਜੀ ਅਸੀਂ, ਸਾਡੀ ਇੱਛਾ ਹੈ ਕਿ ਜਿਹੜਾ ਇੱਥੇ ਮਿਡਲ ਸਕੂਲ ਹੈਗਾ ਪਿੰਡਾ, ਉਸਦਾ ਨਾਂ ਸ਼ਹੀਦ ਕੁਲਵਿੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਂ 'ਤੇ ਰੱਖਿਆ ਜਾਵੇ, ਜੋ ਬਹੁਤ ਹੀ ਮਾਣ ਦੇ ਨਾਲ ਪੰਜਾਬ ਸਰਕਾਰ ਵੱਲੋਂ, ਆਨਰੇਬਲ CM ਸਾਹਿਬ ਵੱਲੋਂ ਇਸਦੀ ਪ੍ਰਵਾਨਗੀ ਦਿੱਤੀ ਗਈ ਹੈਗੀ, ਅਤੇ ਉਹਨਾਂ ਦੇ ਵੱਲੋਂ ਸਕੂਲ ਦਾ ਨਾਮ ਹੁਣ ਅੱਜ ਸ਼ਹੀਦ ਕੁਲਵਿੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਕੂਲ ਦੀ ਕੁਝ ਸਹੂਲਤਾਂ ਜਿਵੇਂ ਕਿ ਸਮਾਰਟ ਸਕੂਲ ਵਾਸਤੇ ਪ੍ਰਾਇਮਰੀ ਅਤੇ ਮਿਡਲ ਦੋਨਾਂ ਦੇ ਵਿੱਚ, ਜਿਵੇਂ ਕਿ ਇੱਥੇ ਪੜ੍ਹਨ ਵਾਲੇ ਬੱਚੇ ਨਵੀਂ ਤਕਨੀਕ ਨਾਲ, ਨਵੀਂ ਕੰਟੈਂਟ ਨਾਲ, ਨਵੀਂ ਪੜ੍ਹਾਈ ਜਿਵੇਂ ਪ੍ਰਾਈਵੇਟ ਸਕੂਲਾਂ ਵਰਗੀ ਜੋ ਹੁੰਦੀ ਹੈਗੀ। ਪਹਿਲੇ ਸੜਕ ਦੀ ਗੱਲ ਕਰਨੀ ਸੀਗੀ, 10 ਫੁੱਟ ਬਣੇਗੀ ਅਤੇ ਨਗਰ ਨਿਵਾਸੀਆਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੋ 5-4 ਦਿਨ ਪਹਿਲਾਂ ਸਾਡੇ ਪਿਛਲੇ ਡਿਪਟੀ ਕਮਿਸ਼ਨਰ ਜੋ ਟਰਾਂਸਫਰ ਹੋ ਗਏ ਹਨ ਉਹਨਾਂ ਵੱਲੋਂ ਵੀ ਸਪੈਸ਼ਲ ਤੌਰ 'ਤੇ ਸਾਰੀ ਸੜਕਾਂ ਵੱਲੋਂ ਕਿਹਾ ਗਿਆ ਸੀ ਕਿ ਇਹ ਜੋ ਸੜਕ ਹੈ ਇਹ ਕੋਈ ਆਮ ਸੜਕ ਨਹੀਂ ਹੈ। ਕਾਫੀ ਹਮਾਰੀ ਸੰਗਤ ਜਾਂ ਬਈ ਇਕੱਠੀ ਹੋਈ ਔਰ ਉਹਨਾਂ ਨੇ ਹਮਾਰੇ ਸ਼ਹੀਦ ਦਾ ਸਨਮਾਨ ਬਣਾਇਆ। ਮੈਂ ਸਭੀ ਦਾ ਸ਼ੁਕਰੀਆ ਅਦਾ ਕਰਦਾ ਹਾਂ। ਪੁਲਵਾਮਾ ਦੀ ਘਟਨਾ ਪਿਛਲੇ ਸਾਲ ਜੋ ਘਟੀ ਸੀ ਆਪ ਸਭੀ ਕੋ ਯਾਦ ਹੈ ਵੀ ਬਰਸੀ ਹੋਣੀ ਜਾ ਰਹੀ ਹੈ ਔਰ ਇਸ ਘਟਨਾ ਨੇ, ਸ਼ਹਾਦਤ ਨੇ ਕਿਸ ਪ੍ਰਕਾਰ ਸੇ ਪੂਰੇ ਦੇਸ਼ ਕੋ ਏਕ ਕਰਕੇ ਏਕ ਪਲੇਟਫਾਰਮ ਪੇ ਲਾ ਕੇ ਖੜਾ ਕਰ ਦਿਆ ਥਾ, ਕਿਸ ਪ੍ਰਕਾਰ ਪੂਰੇ ਦੇਸ਼ ਮੇਂ
ਅੱਜ ਅਸੀਂ ਆਪਣੇ ਉਸ ਨੌਜਵਾਨ ਬੇਟੇ ਸਾਡੇ ਉਸ ਨੌਜਵਾਨ ਵੀਰ ਦੀ ਸ਼ਹਾਦਤ 'ਤੇ ਪਹਿਲੀ ਬਰਸੀ ਦੇ ਮੌਕੇ 'ਤੇ ਇਕੱਠੇ ਹੋ ਕੇ ਉਸਨੂੰ ਯਾਦ ਕਰ ਰਹੇ ਹਾਂ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਹਜ਼ੂਰੀ ਰਾਗੀ ਜਿਹੜੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰਕੇ ਗਏ ਹਾਂ। ਅੱਜ ਆਪਾਂ ਜੇ ਸ਼ਹੀਦ ਦੀ ਯਾਦ ਵਿੱਚ ਇੱਥੇ ਜੁੜੇ ਬੈਠੇ ਹਾਂ। ਇੱਕ ਸਾਲ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਕਿੰਨਾ ਵੱਡਾ ਮਾਤਮ ਇਸ ਸਮੁੱਚੇ ਇਲਾਕੇ ਵਿੱਚ ਉਸ ਵਿੱਚ ਹੈ। ਅੱਜ ਅਸੀਂ ਸ਼ਹੀਦ ਦੀ ਬਰਸੀ 'ਤੇ ਆਏ, ਕਹਿੰਦਾ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਵਰਸ਼ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਵਾਕੀ ਯਹੀ ਨਿਸ਼ਾਨ ਹੋਗਾ। ਚਾਵਲਾ ਜੀ ਨੇ ਦੱਸਿਆ ਹੈ ਜਿਸ ਦਿਨ ਇੱਕ ਸਾਲ ਪਹਿਲਾਂ ਅਸੀਂ ਇੱਥੇ ਆਏ ਸੀ, ਜਿਸ ਵਕਤ ਪਤਾ ਲੱਗਿਆ ਸ਼ਹਿਰ ਦੇ ਵਿੱਚ, ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਸ਼ੋਕ ਦੀ ਜਿਹੜੀ ਲਹਿਰ। ਅੱਜ ਅਸੀਂ ਸਾਰੇ ਸਾਡੇ ਮਹਾਨ ਸ਼ਹੀਦ ਸਰਦਾਰ ਕੁਲਵਿੰਦਰ ਸਿੰਘ ਜੀ, ਜਿਹੜੇ ਇਸ ਦੇਸ਼ ਦੀ ਰੱਖਿਆ ਕਰਦੇ ਹੋਏ ਪਿਛਲੇ ਸਾਲ ਸ਼ਹੀਦੀ ਪਾ ਗਏ, ਸਾਰੇ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਕਰਨ ਵਾਸਤੇ, ਉਹਨਾਂ ਦੇ ਮਹਾਨ ਜੀਵਨ ਤੋਂ ਪ੍ਰੇਰਨਾ ਲੈਣ ਵਾਸਤੇ ਸੰਗਤ ਰੂਪ ਦੇ ਵਿੱਚ ਇਕੱਤਰ ਹੋਏ।